ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਾਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਆ ਚੱਕੋ ਪੁਲਾੜ ਦੇ ਵਿੱਚ ਹੋਣ ਜਾ ਰਿਹਾ ਹੈ ਪਹਿਲੀ ਵਾਰ ਇਹ ਕੰਮ ਸਾਰੀ ਦੁਨੀਆ ਹੋ ਗਈ ਹੈਰਾਨ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਕਿ ਸਾਬਕਾ ਸੂਬੇਤ ਸੰਘਾ ਨੇ 60 ਹਜ਼ਾਰ ਸਾਲ ਪਹਿਲਾਂ ਆਪਣੇ ਸਪੂਤਨਿਕ ਉਪਗ੍ਰਹ ਦੀ ਲਾਂਚਿੰਗ ਪਹਿਲਾਂ ਕਰਕੇ ਅਮਰੀਕਾ ਨੂੰ ਪਲਾੜ ਵਿੱਚ ਪਛਾੜ ਦਿੱਤਾ ਤੇ ਇੱਕ ਵਾਰ ਫਿਰ ਤੋਂ ਦੋਵੇਂ ਮੁਕਾਬਲੇਬਾਜ਼ਾਂ ਵਿੱਚ ਇੱਕ ਨਵੀਂ ਪਲਾੜ ਦੌੜ ਸ਼ੁਰੂ ਹੋਣ ਜਾ ਰਹੀ ਹੈ ਤੇ ਜਿਹਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਛੜ ਚੁੱਕੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੋਲੀਵੁੱਡ ਅਭਿਨੇਤਾ ਟਾਮ ਕਰੂਜ਼ ਦੀ ਆਉਣ ਵਾਲੀ 200 ਬਿਲੀਅਨ ਡਾਲਰ ਦੀ ਪਲਾੜ ਤੇ ਆਧਾਰਿਤ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰੂਸੀਆ ਨੇ ਪਹਿਲੀ ਫੀਚਰ ਫਿਲਮ ਦੀ ਚੈਲੰਜ ਦੀ ਸ਼ੂਟਿੰਗ ਪਲਾਡ ਵਿੱਚ ਕਰਨ ਦੀ ਯੋਜਨਾ ਬਣਾਈ ਹੈ ਦੀ ਚੈਲੰਜ ਦਾ ਫਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੀ ਚੈਲੰਜ ਫਿਲਮ ਇੱਕ ਰੂਸੀ ਡਾਕਟਰ ਦੀ ਸਟੋਰੀ ਤੇ ਆਧਾਰਿਤ ਹੈ ਤੇ ਜਿਸ ਨੂੰ ਇੱਕ ਪਲਾਡ ਯਾਤਰੀ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਕਮਾਂਤਰੀ ਪਲਾਡ ਸਟੇਸ਼ਨ ਭੇਜਿਆ ਜਾਂਦਾ ਹੈ ਜੇਕਰ ਸਭ ਕੁਝ ਜੁਇਨਾ ਦੇ ਮੁਤਾਬਕ ਹੁੰਦਾ ਹੈ ਤਾਂ ਪ੍ਰੋਡਕਸ਼ਨ ਟੀਮ ਅਗਲੇ ਮਹੀਨੇ ਇਤਿਹਾਸ ਰਚਨਾ 12 ਰੋਜਾ ਮਿਸ਼ਨ ਤੇ ਪਲਾੜ ਰਵਾਨਾ ਹੋਵੇਗੀ ਤੇ ਪਿਛਲੇ ਸਾਲ ਵੀ ਨਾਸਤਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਐਲਾਨ ਮਾਸਕ ਦੀ ਸਪੇਸ ਐਕਸ ਅਤੇ ਟੂਮ ਕਰੂਜ਼ ਦੇ ਨਾਲ ਇੱਕ ਫਿਲਮ ਦੀ ਸ਼ੂਟਿੰਗ ਦੇ ਲਈ ਸਾਂਝੇਦਾਰੀ ਕਰਿਆ ਤੇ ਹੁਣ ਅਜਿਹੇ ਐਲਾਨ ਦੇ ਚੱਲਦਿਆਂ ਇਸ ਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਛਲ ਚੁੱਕੀ ਹੈ